ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਿਹੜਾ ਮੌਸਮ ਦੀ ਜਾਣਕਾਰੀ ਪਲੱਸ ਪਾਣੀ ਲਾਉਣ ਬਾਰੇ ਪਲੱਸ ਸਪਰੇਅ ਬਾਰੇ ਕਣਕ ਦੇ ਵਿੱਚ ਤਕਰੀਬਨ ਜਿਹੜੀ ਹੈਗੀ ਆਪਣੀ ਇਹ ਜਾਣਕਾਰੀਆਂ ਬਾਰੇ ਲਾਸਟ ਵੀਡੀਓ ਮੌਸਮ ਬਾਰੇ ਅੱਗੇ ਜੇ ਕੋਈ ਜਾਣਕਾਰੀ ਹੋਈ ਸਾਂਝੀ ਕਰਦੇ ਰਹਿਣਗੇ ਜਾਂ ਝਾੜ ਬਾਰੇ ਕੋਈ ਜਿਹੜਾ ਵੈਰਾਈਟੀ ਬਾਰੇ ਗੱਲ ਕਰਾਂਗੇ ਅਡਵਾਈਜ਼ਰੀ ਇਸ ਤੋਂ ਬਾਅਦ ਤਕਰੀਬਨ ਜਿਹੜੀ ਕਣਕ ਕਣਕ ਜਿਹੜੀ ਤਕਰੀਬਨ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਬਾਡੀ ਸ਼ੁਰੂ ਹੋ ਜਾਣੀ ਜਿਹੜੇ ਹਿਸਾਬ ਨਾਲ ਜਿਹੜਾ ਹੈਗਾ ਮੌਸਮ ਚੱਲ ਰਿਹਾ ਹੈ ਤਾਂ 23 ਮਾਰਚ ਤੱਕ ਦੀ ਤਕਰੀਬਨ ਅਡਵਾਈਜ਼ਰੀ ਜਿਹੜੀ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਭਾਰਤੀ ਮੌਸਮ ਵਿਭਾਗ ਤੇ ਪਲੱਸ ਆਈਸੀਆਰ ਉਹਦੇ ਵਿੱਚ ਜਿਹੜੀਆਂ ਸਟੇਟਾਂ ਦੇ ਵਿੱਚ ਕਣਕ ਦੀ ਜਿਹੜੀ ਹੈਗੀ ਆ ਕਾਸ਼ਟ ਕੀਤੀ ਜਾ ਰਹੀ ਆ ਉਹਦੇ ਵਾਸਤੇ ਐਡਵਾਈਜ਼ਰੀ ਆ ਮੌਸਮ ਕਾਫੀ ਖਰਾਬ ਹੋਣ ਦਾ ਖਤਰਾ ਗੜੇਮਾਰੀ ਭਾਰਾ ਮੀਂਹ ਪੈ ਸਕਦਾ। ਉਹ ਸਟੇਟ ਵਾਈਜ਼ ਵੀ ਆਪਾਂ ਗੱਲ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਲਰਟ ਬਟਨ ਦਾ ਵੀ ਫੇਸਬੁੱਕ ਪੇਜ ਤੇ ਦੇਖ ਰਹੇ ਆ ਖੇਤੀਬਾੜੀ ਜਾਣਕਾਰੀ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਉਹ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਮਿਲਦੀ ਰਹੇ। ਪਲੱਸ ਆਪਦੇ ਕੀਮਤੀ ਸੁਝਾਅ ਕਮੈਂਟ ਜ਼ਰੂਰ ਕਰਕੇ ਦੱਸਦਿਆ ਕਰੋ। ਮੌਸਮ ਜਿਹੜਾ ਹੈਗਾ 17 ਤੋਂ 21 ਦੇ ਦਰਮਿਆਨ ਜ਼ਿਆਦਾ ਵਿਗੜਨ ਦਾ ਖਤਸ਼ਾ ਹੈਗਾ ਜਿਹਦੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਐਮਪੀ, ਯੂਪੀ ਜਿਹੜੇ ਜਿਹੜੇ ਕਾਸਟ ਜਿੱਥੇ ਕਣਕ ਦੀ ਜ਼ਿਆਦਾ ਕਾਸਟਾ ਉੱਥੇ ਨੁਕਸਾਨ ਦਾ ਖਤਸ਼ਾ ਹੈਗਾ ਕਿਉਂਕਿ ਤੇਜ਼ ਹਵਾਵਾਂ ਹਲਕਾ ਮੀਂਹ ਪਾਰਾ ਮੀਂਹ ਗੜੇ ਮਾਰੀ ਕਾਫੀ ਥਾਵਾਂ ਤੇ ਹੋਣ ਦਾ ਜਿਹੜਾ ਅਨੁਮਾਨ ਹੈ ਜਿਹਦੇ ਵਿੱਚ ਮੁੱਖ ਤੌਰ ਤੇ ਆਪਾਂ ਖਿਆਲ ਕੀ ਰੱਖਣਾ ਹੈ ਕਿ ਇੱਕ ਤਾਂ ਜਿਹੜੇ ਕਿਸਾਨ ਵੀਰ ਪਾਣੀ ਦਾ ਵਿਚਾਰ ਬਣਾ ਰਹੇ ਆ 17 ਤੋਂ 21 ਦੇ ਦਰਮਿਆਨ ਉਹ ਰੁਕ ਜੋ ਜਿੱਥੇ ਲੱਗ ਗਿਆ ਜਾਂ ਲਾ ਰਹੇ ਆ ਅੱਜ ਉਹ ਜਿਹੜਾ ਹੈਗਾ ਚਲੋ ਉਹ ਤਾਂ ਨਿਕਲ ਹੀ ਗਿਆ ਸਮਾਂ ਪਰ ਹੁਣ ਜੇ ਲਾਉਣ ਦੇ ਵਿਚਾਰ ਬਣਾ ਰਹੇ ਤਾਂ 2-4 ਦਿਨ ਮੌਸਮ ਦੇਖ ਕੇ ਫੇਰ ਕਰੋ ਪਲੱਸ ਜੇ ਕੋਈ ਤੇਲੇ ਚਿੱਪੇ ਦੀ ਸਪਰੇ ਕੋਈ ਉਲੀ ਨਾਸ਼ਕ ਵਗੈਰਾ ਸਪਰੇ ਕਰਨ ਦਾ ਵਿਚਾਰ ਬਣਾ ਰਹੇ ਆ ਤਾਂ ਉਹ ਵੀ ਰੁਕ ਜੋ ਦੋਕ ਦਿਨ ਦੇਖ ਲਓ 2-4 ਦਿਨ ਮੌਸਮ ਜੇ ਤੁਹਾਡੇ ਇਲਾਕੇ ਦੇ ਮੌਸਮ ਕਿਉਂਕਿ ਹਰ ਸਾਰੇ ਸਾਰੀਆਂ ਸਟੇਟਾਂ ਦੇ ਵਿੱਚ ਇਹ ਨਹੀਂ ਕਿ ਸਾਰੀ ਜਗ੍ਹਾ ਦੇ ਉੱਤੇ ਹੀ ਮੀਂਹ ਪੈ ਜਾਊਗਾ ਜਾਂ ਹਨੇਰੀ ਚੱਲੂਗੀ ਕੁਝ-ਕੁਝ ਜਿਹੜੀਆਂ ਜਗ੍ਹਾ ਹੁੰਦੀਆਂ ਨੇ ਜਿੱਥੇ ਮੀਂਹ ਹਨੇਰੀ ਗੜੇਮਾਰੀ ਹੋ ਸਕਦੀ ਹੈ ਤੇ ਇਹ ਮੌਸਮ ਜਿਹੜਾ ਹੈਗਾ ਵਿਗੜਨਾ ਹੀ ਵਿਗੜਨਾ ਕਿਉਂਕਿ ਮੀਂਹ ਕੋਈ ਅਜੇ ਤੱਕ ਵੀ ਚੰਗੇ ਨਹੀਂ ਕੋਈ ਪਏ ਹੈਗੇ ਇੱਕ ਅੱਧੀ ਵਾਰ ਤਾਂ ਜਿਹੜਾ ਹੈਗਾ ਇਹ ਕੁਦਰਤ ਆ ਕਿ ਚੇਂਜ ਹੁੰਦੀ ਹੁੰਦੀ ਆ ਥੋੜਾ ਬੋਤਾ ਨੁਕਸਾਨ ਫਸਲ ਦਾ ਹੋ ਜਾਂਦਾ ਹਰ ਵਾਰੀ ਪਾਣੀ ਦੇ ਵਿੱਚ ਵੀ ਆਪਾਂ ਲਗਾਤਾਰ ਵੀਡੀਓ ਪਾਉਂਦੇ ਰਹੇ ਪਰ ਫਿਰ ਵੀ ਬਹੁਤ ਸਾਰੇ ਕਿਸਾਨ ਵੀਰਾਂ ਨੇ ਪਾਣੀ ਲੇਟ ਕਰ ਲਿਆ ਤੇ ਲੇਟ ਕਰਕੇ ਜਦੋਂ ਆਪਾਂ ਪਾਣੀ ਲਾਉਨੇ ਆ ਤਾਂ ਫਿਰ ਉਹ ਫਾਇਦੇ ਦੀ ਬਜਾਏ ਨੁਕਸਾਨ ਕਰਦਾ ਜਦੋਂ ਆਪਾਂ ਪਾਣੀ ਲਾਉਣਾ ਹੁੰਦਾ ਜਦੋਂ ਨਰਮ ਦੁੱਧਾ ਬਣਦਾ ਉਦੋਂ ਪਾਣੀ ਲਾਉਣ ਦਾ ਟਾਈਮ ਹੁੰਦਾ ਕਣਕ ਦੇ ਵਿੱਚ ਫਿਰ ਜੇ ਜ਼ਰੂਰਤ ਪੈਂਦੀ ਤਾਂ ਗਿੱਲੇ ਮੂੰਹ ਮੋੜਨਾ ਹੁੰਦਾ ਜਿੱਥੇ ਤੁਸੀਂ ਪਾਣੀ ਜਿਹੜਾ ਹੈਗਾ ਕਿ ਜ਼ਮੀਨ ਖੁਸ਼ਕ ਬਹੁਤ ਜ਼ਿਆਦਾ ਹੋ ਗਈ ਆ ਤਾਂ ਉੱਥੇ ਫਿਰ ਤੁਸੀਂ ਪਾਣੀ ਲਾਉਂਗੇ ਜਾਂ ਜਿਹਦੇ ਕਣਕ ਰੰਗ ਪਟਾ ਗਈ ਆ ਕਿਉਂਕਿ ਜਿੱਥੇ ਪਾਣੀ ਲੇਟ ਹੋ ਗਿਆ ਤਾਂ ਉੱਥੇ ਕਣਕ ਨੇ ਜਲਦੀ ਰੰਗ ਬਟਾਉਣਾ ਮਚਿਓਰਟੀ ਵੱਲੋਂ ਜਾਣਾ ਹੀ ਜਾਣਾ ਹੈਗਾ ਤੇ ਉੱਥੇ ਕਸਾਰਾ ਝਾੜ ਤੇ ਵੀ ਲੱਗਣੀ ਲੱਗਣਾ ਜੇ ਉਹ ਰੰਗ ਬਦਲਦੀ ਕਣਕ ਦੇ ਉੱਤੇ ਆਪਾਂ ਉਤੋਂ ਪਾਣੀ ਲਾਉਨੇ ਆ ਤਾਂ ਫਿਰ ਜਿਹੜਾ ਹੈਗਾ ਉਹਦਾ ਨੁਕਸਾਨ ਹੋ ਹਰੀ-ਹਰੀ ਜਿਹੜੀ ਪੂਰੀ ਹਰੀਖਚਾਰ ਕਣਕ ਦੇ ਉੱਤੇ ਨਰਮ ਦੋਦਾ ਬਣ ਰਿਹਾ ਉਦੋਂ ਜਿਹੜਾ ਪਾਣੀ ਲਾਉਣ ਦਾ ਬਹੁਤ ਫਾਇਦਾ ਹੁੰਦਾ ਜਾਂ ਕੋਈ ਐਨਪੀ ਕੇ ਸਪਰੇਅ ਕਰਨ ਦਾ ਬਹੁਤ ਫਾਇਦਾ ਹੁੰਦਾ ਜੇ ਕਈ ਜਗ੍ਹਾ ਤੇ ਦੇਖਣ ਜਾਏ ਮੈਂ ਇਹਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਸੀ ਕਿ ਭਾਰਾ ਪਾਣੀ ਲਾਓ ਭਾਰਾ ਪਾਣੀ ਦਾ ਕੀ ਮਤਲਬ ਹੁੰਦਾ ਕਿ ਜਦੋਂ ਆਪਾਂ ਜਿਵੇਂ ਰਾਤ ਨੂੰ ਲਾਈਟ ਆ ਗਈ ਆਪਾਂ ਆਟੋਮੈਟਿਕ ਛੱਡਿਆ ਤੇ ਇੱਕ ਕਿਆਰੇ ਚ ਨੱਕਾ ਲਾ ਕੇ ਆ ਗਏ ਵੱਡੇ ਕਿਆਰੇ ਆ ਕਿਉਂਕਿ ਤਾਂ ਉਹ ਸਵੇਰ ਨੂੰ ਫਿਰ ਡਕਾ ਡੀਲ ਹੋ ਜਾਂਦਾ ਪੂਰਾ ਤਾਂ ਤਾਂ ਹੀ ਪਰ ਜਾਂਦਾ ਜਿਹੜੇ ਨੀਵੇਂ ਜਗ੍ਹਾ ਹੁੰਦੀ ਆ ਉਥੇ 24 ਘੰਟਿਆਂ ਤੋਂ ਵੀ ਵੱਧ ਪਾਣੀ ਖੜਾ ਰਹਿੰਦਾ ਤੇ ਇਹ ਸਟੇਜ ਜਿਹੜੀ ਮਿਲਕ ਸਟੇਜ ਹੈ ਇਹੋ ਜੀ ਹੁੰਦੀ ਆ ਕਿ ਜਿੱਥੇ ਪਾਣੀ ਲਗਾਤਾਰ ਖੜ ਗਿਆ ਉਥੇ ਕਣਕ ਨੇ ਨਾਲ ਦੀ ਨਾਲ ਜਿਹੜਾ ਜੜਾ ਨੇ ਆਪਦਾ ਕੰਮ ਛੱਡ ਜਾਣਾ ਤੇ ਕਣਕ ਉਥੇ ਸਿੱਟੇ ਚਿੱਟੇ ਹੋ ਜਾਣੇ ਤੇ ਦਾਣਾ ਹੌਲਾ ਪੈ ਜਾਣ ਬਹੁਤ ਬਰੀਕ ਦਾਣਾ ਹੋ ਜਾਂਦਾ ਇਹ ਵੀ ਜਿਹੜਾ ਕਾਫੀ ਦੌਗੀਆਂ ਦੇ ਵਿੱਚ ਜਿੱਥੇ ਨੀਵੀਂ ਜਗ੍ਹਾ ਹੈਗੀ ਆ ਕਿਉਂਕਿ ਪਾਣੀ ਆਪਾਂ ਕੀ ਆ ਕਿ ਪਾਣੀ 2-4 ਘਰ ਮਾ ਰਹਿੰਦੀਆਂ ਉਦੋਂ ਬੰਦ ਕਰ ਦਿਓ ਜਾਂ ਦੇਖ ਕੇ ਕੋਲੇ ਖੜ ਕੇ ਆਪਾਂ ਪਾਣੀ ਲਈਏ ਜਾਂ ਜਿੱਥੇ ਪਾਣੀ ਵੱਧ ਖੜ ਗਿਆ ਉਹਨੂੰ ਬਾਹਰ ਕੱਢੀਏ ਉਹ ਆਪਣਾ ਆਪਣਾ ਜਿਹੜਾ ਹੈਗਾ ਢੰਗ ਹੁੰਦਾ ਕਿਉਂਕਿ ਫਸਲ ਆਪਣੀ ਆ ਨੁਕਸਾਨ ਵੀ ਆਪਣਾ ਤੇ ਬਚਤ ਵੀ ਆਪਣੀ ਆ ਸੋ ਇਹ ਗੱਲਾਂ ਖਾਸ ਧਿਆਨ ਦੇਣ ਯੋਗ ਹੁੰਦੀਆਂ ਨੇ ਕਿ ਇਹ ਸਟੇਜ ਦੇ ਉੱਤੇ ਆਪਾਂ ਬਿਲਕੁਲ ਅਣਗਹਿਲੀ ਨਹੀਂ ਕਰ ਸਕਦੇ ਆਪਾਂ ਜਾਦਾ ਜ਼ੋਰ ਮੈਂ ਦੇਖਣ ਜਾਇਆ ਕਿ ਜਾਦਾ ਜ਼ੋਰ ਕਿਸਾਨ ਵੀਰ ਕੀ ਹੈ ਸੁੰਡੀ ਤੇ ਤੇਲੇ ਵਾਲੀ ਸਪਰੇ ਦੇ ਲਾਉਂਦੇ ਜਦਕਿ ਇਹਦੇ ਨਾਲ ਕੋਈ ਬਹੁਤਾ ਨੁਕਸਾਨ ਹੀ ਨਹੀਂ ਹੁੰਦਾ ਦੇਖੋ ਜਿਹਦੇ ਕੋਲ ਸਟਾਕ ਪਿਆ ਉਹਨੇ ਤਾਂ ਤੁਹਾਨੂੰ ਦੇਣਾ ਹੀ ਆ ਸਪਰੇ ਕਰਨ ਦੇ ਖਾਤਰ ਤੇਲੇ ਦਾ ਤਾਇਦ ਕੀ ਕੋਈ ਅਟੈਕ ਕੋਈ ਅਟੈਕ ਕੋਈ ਦੇਖਣ ਨੂੰ ਨਹੀਂ ਮਿਲਿਆ ਜੇ ਥੋੜਾ ਬਹੁਤਾ ਹੁੰਦਾ ਵੀ ਇਹ ਕੁਝ ਨਹੀਂ ਕਹਿੰਦਾ ਇਹ ਕੋਈ ਇਹਦਾ ਕੋਈ ਜ਼ਿਆਦਾ ਕੋਈ ਨੁਕਸਾਨ ਹੈ ਨਹੀਂਗਾ ਤੇ ਜੀ ਆਪਾਂ ਜਿਹੜੀ ਸਪਰੇਅ ਕਰ ਦਿੰਨੇ ਆ ਜੋ ਚਲ ਕੋਈ ਨਹੀਂ ਸਸਤੀ ਉਹਦਾ ਕੋਈ ਫਾਇਦਾ ਨਹੀਂ ਹੈ ਉਹਦਾ ਆਪਾਂ ਐਵੇਂ ਬੇਵਜਾ ਜਿਹੜੇ ਕੀਟਨਾਸ਼ਕ ਉੱਤੇ ਰੈਜ਼ੀਡਿਓ ਆ ਜਿਹੜੇ ਉਹਦੇ ਵਿੱਚ ਕਣਕ ਦੇ ਵਿੱਚ ਬਣਾ ਰਹੇ ਆ ਸੋ ਬੇਨਤੀ ਇਹ ਹੀ ਆ ਕਿ ਮੌਸਮ ਦੇ ਅਨਸਾਰ ਦੇਖ ਕੇ ਆਪਾਂ ਜਿਹੜਾ ਹੈਗਾ ਆਪਣੇ ਏਰੀਆ ਦਾ ਮੌਸਮ ਦੇਖ ਕੇ ਪਾਣੀ ਲਾਈਏ ਜਾਂ ਸਪਰੇਅ ਕਰੀਏ 17 ਤੋਂ 21 ਤੱਕ ਵੇਟ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ